ਸਪਰੀਮ ਕੋਰਟ ਨੇ ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਹੈ ਸਪਰੀਮ ਕੋਰਟ ਨੇ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਅਤੇ ਉਸ ਨੂੰ ਦੇਖਣਾ ਪੌਕਸੋ ਕਾਨੂੰਨ ਹੇਟ ਅਪਰਾਧ ਦੇ ਦਾਇਰੇ ਵਿੱਚ ਮੰਨਿਆ ਹੈ ਸਪਰੀਮ ਕੋਰਟ ਨੇ ਮ드ਰਾਸ ਹਾਈ ਕੋਰਟ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਜਾਂ ਦੇਖਣਾ ਪੌਕਸੋ ਕਾਨੂੰਨ ਤਹਿਤ ਨਹੀਂ ਹੈ ਕੋਰਟ ਨੇ ਇਸ ਅਫੈਰ ਨੂੰ ਮੁਰਸਨਵਾਈ ਲਈ ਸੈਸ਼ਨ ਕੋਰਟ ਭੇਜ ਦਿੱਤਾ ਹੈ ਸੁਪਰੀਮ ਕੋਰਟ ਨੇ ਪੋਕਸੋ ਕਾਨੂੰਨ ਤਹਿਤ ਅਪਰਾਧੀ ਪਰਿਭਾਸ਼ਾ ਵਿਆਪਕ ਕਰਨ ਦੇ ਹੁਕਮ ਦਿੱਤੇ ਕੋਰਟ ਨੇ ਸੰਸਦ ਨੂੰ ਚਾਈਲਡ ਪ੍ਰੋਨੋਗ੍ਰਾਫੀ ਸ਼ਬਦ ਨੂੰ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਸ਼ਬਦਾਂ ਨਾਲ ਬਦਲਣ ਦਾ ਸੁਝਾਅ ਦਿੱਤਾ ਨਾਲ ਹੀ ਸੁਪਰੀਮ ਕੋਰਟ ਨੇ ਸਾਰੀਆਂ ਅਦਾਲਤਾਂ ਨੂੰ ਚਾਈਲਡ ਪ੍ਰੋਨੋਗ੍ਰਾਫੀ ਸ਼ਬਦਾਂ ਦਾ ਇਸਤੇਮਾਲ ਨਾ ਕਰਨ ਦੇ ਨਿਰਦੇਸ਼ ਦਿੱਤੇ ਨੇ